ਭਗਤਾ ਨਗਰ ਦੇ ਵਿੱਚ ਜੋ ਹਰੇਕ ਸਾਲ ਮੇਲਾ ਕਰਵਾਇਆ ਜਾਂਦਾ ਹੈ ਭਾਈ ਵਹਿਲੂ ਦੀ ਯਾਦ ਵਿੱਚ, ਹਰ ਸਾਲ ਇੱਥੇ ਖੂਨਦਾਨ ਕੀਤਾ ਜਾਂਦਾ ਹੈ। ਇਹ ਛੇਵਾਂ ਖੂਨਦਾਨ ਕੈਂਪ ਲਗਾਇਆ ਗਿਆ। ਸਤਿੰਦਰ ਸਿੰਘ ਪ੍ਰਧਾਨ ਅਤੇ ਉਸਦੇ ਸਾਥੀ ਕਲੱਬ, ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਇਸ ਪਾਸੇ ਸੇਧ ਦਿੱਤੀ ਹੈ। ਕਿਉਂ ਜਿਹੜਾ ਖੂਨਦਾਨ ਹੈ ਇਹ ਬਹੁਤ ਵੱਡੀ ਇੱਕ ਸੇਵਾ ਲਾ ਲਓ। ਇਸ ਬਾਰੇ ਸਾਰਿਆਂ ਨੂੰ ਬੇਨਤੀ ਕਰਦਾ ਹੈ ਵੀ ਨੌਜਵਾਨ ਪੀੜ੍ਹੀ ਨੂੰ ਖੂਨਦਾਨ ਦੇਣਾ ਚਾਹੀਦਾ ਹੈ, ਕਿਸੇ ਦੇ ਭਲੇ ਵਾਸਤੇ ਕੰਮ ਆ ਜੇ। ਮੈਂ ਇਹੀ ਬੇਨਤੀ ਕਰਦਾ ਵੀ ਖੂਨਦਾਨ ਬੰਦਿਆਂ ਨੂੰ ਉਮਰ ਮੁਤਾਬਕ ਮੁੰਡਿਆਂ ਨੂੰ ਜ਼ਰੂਰ ਦੇਣਾ ਚਾਹੀਦਾ ਜੋ ਕਿਸੇ ਗਰੀਬ ਦੇ ਮੌਕੇ ਸਿਰ ਕੰਮ ਆ ਜੀ। ਸਾਡੇ ਇੱਥੇ ਛੇਵਾਂ ਖੂਨਦਾਨ ਲੱਗਿਆ, ਅਸੀਂ ਜਿਨ੍ਹਾਂ ਨੇ ਖੂਨਦਾਨ ਕੀਤਾ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਸਾਰੀ ਕਮੇਟੀ ਦਾ, ਸਾਰੇ ਪ੍ਰਬੰਧ ਸਾਰਿਆਂ ਦਾ ਧੰਨਵਾਦ। ਹਾਂਜੀ ਭਾਈ ਵਹਿਲੋ, ਸਭ ਤੋਂ ਪਹਿਲਾਂ ਉਹਨਾਂ ਦੇ ਪੋਤਰੇ ਭਾਈ ਭਗਤਾਂ ਦੀ ਯਾਦ ਵਿੱਚ ਹਰ ਸਾਲ 18-19-20 ਫਰਵਰੀ ਨੂੰ ਮੇਲਾ ਭੁੱਤਾਂ ਵਾਲੇ ਖੂਹ 'ਤੇ ਮਨਾਇਆ ਜਾਂਦਾ ਅਤੇ 19-20 ਫਰਵਰੀ ਨੂੰ ਖੂਨਦਾਨ ਕੈਂਪ ਲਾਇਆ ਜਾਂਦਾ। ਅੱਜ ਅਸੀਂ 19 ਫਰਵਰੀ ਨੂੰ ਇੱਥੇ ਭਾਈ ਭਗਤਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ, ਜਿਸ ਦੇ ਵਿੱਚ 45 ਖੂਨਦਾਨ ਯੂਨਿਟ ਜਿਹੜੇ ਆ ਉਹ ਡੋਨੇਟ ਹੋ ਚੁੱਕੇ ਆ। ਥੈਂਕ ਯੂ। Smart Sound. Smart Sound. Smart Sound.